ਨੰਗਲ ਦੇ ਨੇੜਲੇ ਹਿਮਾਚਲ ਪ੍ਰਦੇਸ਼ ਵਿੱਚ ਕਸਬਾ ਨੇਹਲਾ ਦੇ ਕੋਲ ਸਤਲੁਜ ਦਰਿਆ ਵਿੱਚ ਦੋ ਨੌਜਵਾਨ ਰੁੜ ਗਏ। ਦਰਿਆ ਦੇ ਵਿੱਚ ਰੁੜ ਜਾਣ ਵਾਲੇ ਨੌਜਵਾਨਾਂ ਦੇ ਸਾਥੀਆਂ ਅਨੁਸਾਰ ਦੀਪੂ ਨਾਮਕ ਨੌਜਵਾਨ ਦਾ ਪੈਰ ਫਿਸਲਣ ਦੇ ਕਾਰਨ ਉਹ ਦਰਿਆ ਵਿੱਚ ਜਾ ਡਿੱਗਿਆ। ਉਸ ਨੂੰ ਬਚਾਉਣ ਦੇ ਲਈ ਉਸਦੇ ਮਸੇਰੇ ਭਰਾ ਹਰਸ਼ ਸੱਬਰਵਾਲ ਨੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਤੇ ਦੋਵੇਂ ਹੀ ਪਾਣੀ ਦੇ ਤੇਜ਼ ਬਹਾਅ ਦੇ ਵਿੱਚ ਰੁੜ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ। ਗੋਤਾਖਰਾਂ ਨੂੰ ਵੀ ਬਚਾਇਆ ਗਿਆ ਪਰ ਹਾਲੇ ਤੱਕ ਇਹਨਾਂ ਦੀ ਭਾਲ ਨਹੀਂ ਹੋ ਸਕੀ।